हाँ जी, सलाम नमस्ते, सत श्री अकाल जी सारिआं नूं। मैं बब्बू पनेसर स्वागत करदा तुहाडा पनेसर ब्लॉग विच। अज मैं गल करन जा रहा इक कोई कहानी है 1947 दी, जिहड़ी मैनू मिली है ते पुरानी, ते ओह मैं तुहाडे नाल शेयर करन जा रहा। चलो वीडियो शुरू करदे हां। ਇਹ ਕਹਾਣੀ ਜਿਹੜੀ ਹੈ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ, ਇਹ ਮੈਨੂੰ ਭੇਜੀ ਸੀਗੀ ਪੱਤਰਕਾਰ ਹਰਜਿੰਦਰ ਸਿੰਘ ਗੁਲਪੁਰ। ਉਹ ਕਾਫੀ ਪੁਰਾਣੇ ਸੁਲਝੇ ਹੋਏ ਪੱਤਰਕਾਰ ਹਨ। ਉਹ ਇਸ ਟਾਈਮ ਆਸਟ੍ਰੇਲੀਆ ਵਿੱਚ ਰਹਿੰਦੇ ਹੈ ਅਤੇ ਉਹਨੀ ਮੇਰੇ ਨਾਲ ਇਹ ਇੱਕ ਕਹਾਣੀ ਸ਼ੇਅਰ ਕੀਤੀ ਸੀ ਅਤੇ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹਨ ਬਿਨ ਕਿ ਇਸ ਤਰ੍ਹਾਂ ਕੀ ਗੱਲ ਹੋਈ ਸੀ। ਇਹ ਵੈਸੇ ਤਾਂ 1947 'ਚ ਕਾਫੀ ਇਹੋ ਜਿਹੀਆਂ ਦਰਦਮਈ ਕਹਾਣੀਆਂ ਹੋਈਆਂ ਆ। ਬਹੁਤ ਸਾਰੇ ਪਰਿਵਾਰ ਇੱਕ ਦੂਜੇ ਨਾਲ ਵਿਛੜੇ ਆ, ਬੱਚੇ ਆ ਇਹ ਆਪਣੇ ਮਾਂ ਬਾਪ ਨਾਲ ਵਿਛੜੇ ਆ, ਮਾਂ ਬਾਪ ਆਪਣੇ ਮਤਲਬ ਸਕੇ ਸੰਬੰਧੀਆਂ ਦੇ ਨਾਲ ਵਿਛੜੇ ਆ, ਮਤਲਬ ਵਿਛੋੜੇ ਦੀ ਕਹਾਣੀ ਹੈ। ਕੋਈ ਇਹਦੇ 'ਚ ਸੁਖਦ ਕੋਈ ਕਹਾਣੀ ਨਹੀਂ ਹੋਈ, ਸਭ ਦੁਖਦ ਕਹਾਣੀਆਂ ਹੋਈਆਂ। ਅਤੇ ਮੈਂ ਸ਼ੁਰੂ ਕਰਦਾ ਹਾਂ, ਸਟੋਰੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਇਹ ਸਾਡੇ ਕੋਲ ਇੱਕ ਪਿੰਡ ਹੈ ਕਰਾਵਰ, ਕਰੌਰ ਵੀ ਕਹਿ ਦਿੰਦੇ ਆ ਅਤੇ ਕਰਾਵਰ ਵੀ ਕਹਿੰਦੇ ਆ, ਅਤੇ ਉਹ ਪਿੰਡ ਵੀ ਮੁਸਲਮਾਨਾਂ ਦਾ ਪਿੰਡ ਸੀ। ਉੱਥੋਂ ਇਹੋ ਸਟਾਰਟ ਹੋਈ ਹੈ ਸਟੋਰੀ। ਹਰਜਿੰਦਰ ਸਿੰਘ ਨੇ ਮੈਨੂੰ ਦੱਸਿਆ ਵੀ ਉੱਥੇ ਇੱਕ ਖੱਤ ਆਇਆ ਪਾਕਿਸਤਾਨ ਤੋਂ, ਮੁਲਤਾਨ ਤੋਂ। ਇਹੋ ਖੱਤ 2004 ਤੋਂ ਲੈ ਕੇ 6 ਦੇ ਵਿਚਾਲੇ ਉਹ ਦੱਸਦੇ ਆ ਵੀ ਜਦਕ ਦੀ ਇਹ ਗੱਲ ਹੈ। ਅਤੇ ਉਹ ਖੱਤ ਉਹਨਾਂ ਨੂੰ ਉਰਦੂ 'ਚ ਖੱਤ ਸੀ ਇਹੋ। ਉਹਨਾਂ ਨੂੰ ਨਾਮ ਯਾਦ ਨਹੀਂ ਵੀ ਕਿਸ ਬੰਦੇ ਨੇ ਪਾਇਆ, ਕਿਉਂਕਿ ਉਰਦੂ ਉਸ ਟਾਈਮ ਬਹੁਤੇ ਲੋਕ ਜਾਣਦੇ ਨਹੀਂ ਸੀ, ਹੁਣ ਭੁੱਲ ਗਏ ਆ। ਸਾਡੇ ਪੁਰਾਣੇ ਜਿਹੜੇ ਬਜ਼ੁਰਗ ਹੈ ਉਹ ਤਾਂ ਜਾਣਦੇ ਹੈ, ਪਰ ਫਿਰ ਉਰਦੂ ਦਾ ਖੱਤ ਜਿਸ ਬੰਦੇ ਦੇ ਨਾਮ 'ਤੇ ਆਇਆ ਸੀ ਉਹ ਬੰਦਾ ਵੀ ਇਸ ਦੁਨੀਆ ਵਿੱਚ ਮੌਜੂਦ ਨਹੀਂ ਸੀ। ਸੋ ਪਿੰਡ ਵਾਲੇ ਜਿੱਦਾਂ ਉਹ ਖੱਤ ਆਇਆ ਤਾਂ ਪਾਕਿਸਤਾਨ ਦਾ ਖੱਤ ਕਰਕੇ ਕੋਈ ਵੀ ਉਹਨੂੰ ਐਕਸੈਪਟ ਨਹੀਂ ਸੀ ਕਰ ਰਿਹਾ, ਕਿਉਂਕਿ ਇਹ ਡਰ ਰਹਿੰਦਾ ਹੈ ਸਾਡੇ ਕਿ ਇਹ ਗੁਆਂਢੀ ਦੇਸ਼ ਤੋਂ ਆਇਆ, ਕਿਉਂਕਿ ਉਹਨਾਂ ਨਾਲ ਸਰਕਾਰ ਦੇ ਸੰਬੰਧ ਦੋਨਾਂ ਸਰਕਾਰਾਂ ਦੇ ਆਪਸ 'ਚ ਵਧੀਆ ਨਹੀਂ ਹੈਗੇ। ਖੱਤ ਦੇ ਵਿੱਚ ਜਿਹਨੇ ਲਿਖਿਆ ਹੈ ਉਹਦੇ ਨਾਮ ਪਿੱਛੇ ਮੁਹੰਮਦ ਲਿਖਿਆ ਹੋਇਆ ਸੀ, ਮੋਰਲਾ ਜਿਹੜਾ ਨਾਮ ਹੈ ਉਹ ਯਾਦ ਨਹੀਂ ਹੈਗਾ ਆਪਣੇ ਹਰਜਿੰਦਰ ਜੀ ਨੂੰ। ਅਤੇ ਬਸ ਇੰਨਾ ਯਾਦ ਹੈ ਵੀ ਖੱਤ ਜਿਹਨੇ ਪਾਇਆ ਹੈ ਉਹ ਪਿੰਡ ਕਰਾਵਰ ਦਾ ਜਿਹੜਾ ਨੰਬਰਦਾਰ ਸੀ ਜਲਾਲ ਖਾਨ, ਉਹਦਾ ਭਤੀਜਾ ਸੀ। ਅਤੇ ਉਹ ਖੱਤ ਹਰਜਿੰਦਰ ਜੀ ਨੇ ਫਿਰ ਪੜ੍ਹਿਆ, ਉਹਦੇ ਵਿੱਚ ਕੀ ਸੀਗਾ ਲਿਖਿਆ ਹੈ ਉਹ ਮੈਂ ਤੁਹਾਨੂੰ ਸੁਣਾ ਰਿਹਾ। ਜਿਸ ਦਿਨ ਦਾ ਇਹ ਵਾਕਿਆ ਸੀ ਉਸ ਦਿਨ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਪਿੰਡ ਛੱਡ ਚੁੱਕੇ ਸੀ। ਉਸ ਵੇਲੇ 2.5 ਸਾਲ ਦੀ ਉਮਰ ਵਿੱਚ ਇੱਕ ਬੱਚਾ ਕੁਝ ਲਾਸ਼ਾਂ ਦੇ ਵਿੱਚ ਰੋ ਰਿਹਾ ਸੀ। ਇਹ ਮੁਹੰਮਦ ਨੇ ਜਿਹਨੇ ਖੱਤ ਲਿਖਿਆ ਉਹਨੇ ਆਪਣੇ ਬਾਰੇ ਦੱਸਿਆ, ਇਹ ਉਹੀ ਬੱਚਾ ਸੀ। ਅਤੇ ਬਸ ਹੋ ਸਕਦਾ ਇਹ ਬੱਚਾ ਵੀ ਥੋੜ੍ਹੇ ਦੇਰ ਬਾਅਦ ਮਾਰਿਆ ਜਾਂਦਾ ਇਸ ਦੰਗਿਆਂ 'ਚ, ਪਰ ਘੋੜੀ 'ਤੇ ਅਸਵਾਰ ਕੁਛ ਦੋ ਫਰਿਸ਼ਤੇ ਉੱਥੇ ਪਹੁੰਚ ਗਏ। ਇਹ ਸੀਗੇ ਪਿੰਡ ਸਾਹਿਬਾ ਦੇ ਰਾਜਪੂਤ ਹਾਕਮ ਰਾਏ ਅਤੇ ਨੌਬਤ ਰਾਏ, ਇਹ ਦੋਨੋਂ ਉਸ ਬੱਚੇ ਨੂੰ ਨਾਲ ਲੈ ਗਏ। ਹਾਕਮ ਰਾਏ ਅਤੇ ਨੌਬਤ ਰਾਏ ਉਹਨਾਂ ਦੇ ਦੋ ਲੜਕੀਆਂ ਸੀਆਂ, ਕੋਈ ਲੜਕਾ ਨਹੀਂ ਸੀ, ਅਤੇ ਲੜਕੀਆਂ ਨੂੰ ਭਰਾ ਮਿਲ ਗਿਆ ਅਤੇ ਪਰਿਵਾਰ ਨੂੰ ਲੜਕਾ, ਇਸ ਕਰਕੇ ਉਹਨੇ ਵਧੀਆ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਉਸਦਾ ਕੀਤਾ। ਉਹ ਬਹੁਤ ਖੁਸ਼ ਸੀ ਉੱਥੇ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਮੇਰੇ ਮਾਂ ਬਾਪ ਨਹੀਂ ਹਨ। ਫਿਰ ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸਮਝੌਤੇ ਹੋਏ ਵੀ ਜਿਹੜੇ ਬੱਚੇ ਵਿਛੜ ਗਏ ਹੈ ਉਹ ਦੁਬਾਰਾ ਵਾਪਸ ਪਾਕਿਸਤਾਨ 'ਚ ਲਿਆਉਂਦੇ ਜਾਣ, ਜਿਹੜੇ ਪਾਕਿਸਤਾਨ ਵਾਲੇ ਪਾਸੇ ਵਿਛੜ ਕੇ ਰਹਿ ਗਏ ਆ ਉਹ ਇੰਡੀਆ ਵਾਲੇ ਪਾਸੇ ਲਿਆਉਂਦੇ ਜਾਣ। ਅਤੇ ਉਸ ਸਮਝੌਤੇ ਦਰ ਨੇ ਇਸ ਜਿਸ ਬੰਦੇ ਨੇ ਖੱਤ ਲਿਖਿਆ ਉਸਨੇ ਲਿਖਿਆ ਕਿ ਮੇਰੀ ਸਾਰੀ ਸੰਸਾਰ ਉਜਾੜ ਕੇ ਰੱਖ ਦਿੱਤਾ, ਉਹ ਤੋਂ ਉਹਦੇ ਮਾਂ ਬਾਪ ਅਤੇ ਉਹਦੀਆਂ ਭੈਣਾਂ ਖੋ ਲਈਆਂ। ਉਹ ਉਹਨਾਂ ਨੂੰ ਹੀ ਆਪਣੇ ਮਾਂ ਬਾਪ ਸਮਝਦਾ ਸੀ ਜਿਹੜੇ ਰਾਜਪੂਤ ਲੈ ਕੇ ਆਏ ਸੀ, ਅਤੇ ਉਹਨਾਂ ਦੀਆਂ ਲੜਕੀਆਂ ਨੂੰ ਆਪਣੀਆਂ ਭੈਣਾਂ ਸਮਝਦਾ ਸੀ। ਮਤਲਬ ਇੱਥੇ ਧਰਮ ਧੁਰਮ ਦਾ ਮਸਲਾ ਕੋਈ ਨਹੀਂ ਸੀ। ਉਹ ਕਹਿੰਦਾ ਜਦ ਮੈਂ 8 ਕੁ ਸਾਲ ਦਾ ਸੀ
उसका चाचा जलाल खान जलंधर कैंट तो कुछ फौजी लैके उन्होंने उत्थे साहवा पिंड च आ गया। उदा चाचा जलाल खान पाकिस्तान तो आ गया, उन्हें पता लग गया भी उन्हों का बच्चा इत्थे है जिंदा है। तो वह मैनू रोंदे करलांदे नू जबरदस्ती मेरे परिवार को खोह के लै गए। उस बच्चे लिए तो उ परिवार से जिथे वो रह रहा उ मतलब माँ बाप तो भैन उ तो वो जाना नहीं चाहता उत्थों, पर उन्होंने जबरदस्ती फिर पाकिस्तान लै गए। जदों कहिंदा मैं पाकिस्तान पहुँच गया मैं अपने माँ बाप तो अपन भैन का मोह नहीं त्याग सकया। कहिंदा मेरी रूह मेरे उन्हां मापियां दे विच ही तड़फदी रही। मैं कहिंदा वो जादां भुला नहीं सकया जिहड़ियां उन्हां दे नाल बतीत कीतियां सीगियां उन्हां भैणां दे नाल जां उन्हां माँ बाप दे नाल। मैं एक तरह का कहिंदा रोगी बन गया, मतलब एक मरीज़ जिहा बन गया, मेरा मन नहीं सी टिकदा। मैं कहिंदा कोशिश भी कीती है एक दो बार वीज़ा लैण दी, पर मैं वीज़ा लैण च कामयाब नहीं हो सकया। उन्हें खत विच लिखिया भी कोई मेरिया भैणा नूं इह दस दे भी मैं इन्ने साल उन्हां बगैर एक पल भी आराम मतलब शांति नाल बतीत नहीं कर सकया। ये मतलब वह संताली दे विच जे विछड़िया तो उदों बाद 1955 दे विच उह उन्हूं 1955-56 दे विच पाकिस्तान लैके गए होणगे। तो उन्हें 2004 जां 5 जिद्दां दसदे सी हरजिंदर जी भी इन्हां दिनां च खत आया सी 2005 जां 6 इन्हां कुछ दिनां च। तो मतलब इन्ने साल बाद उन्हें याद किया है खत लिखिया सी। उन्हें इहदी चिट्ठी दे विच ये भी दस्या भी मेरा घर कित्थे सी। उन्हें दस्या भी एक खजूर का दरख्त है उत्थे मेरा घर है खूह दे कोल। ते हरजिंदर जी ने कहा भी मैं उस टाइम अजीत अखबार जिहड़ा जलंधर तो छपदा है उहदे लई रिपोर्टिंग करदा हुंदा सी। ते वो साहबा गए भी सी उन्हां दिनां दे विच, उन्हें अजीत अखबार दे विच इस खत का जिक्र किया सी। एक रिपोर्ट छापी सी उहदा सरलेख सी वी एक खत जो एक पिंड का सांझा बन गया ये अखबार च आया सी उस टाइम। तो वो कहिंदे भी असी उस टाइम काफ़ी उन्हां दा कोई मित्र है वो परमजीत देहल उन्हां दे नाल मिल के उन्हीं साहबा पिंड भी गए सीगे। काफ़ी कहिंदे पुछगिछ भी असी कीती सी पर कोई उन्हां नूं वधिया पुख्ता जानकारी नहीं कोई दे सकिया। तो उस परिवार बारे फिर एक बजुर्ग पिंड दा मिलिया सी क्योंकि उन्हां उस टाइम दे उस परिवार दे जिदा कोई कहिंदा भी समकाली जो बंदे होणगे उस टाइम उन्हां दे हाणी वो नहीं रहे सीगे। तो एक बुजुर्ग मिलिया सी कहिंदे भी उन्हां नाल गलबात कीती सी ते उन्हें दस्सिया सी उन्हां दे बाद विच एक लड़के ने जन्म लिया सी ते वो ट्रक ट्रुक चलांदा सी लड़का। पर वो उन्हां दे वो जिथे वो चले गया जां लड़का जां कोई वो उत्थों पिंड छड्ड गए सी उन्हां दा टिकाणा नहीं वो दस सकिया बजुर्ग। तो हरजिंदर जी ने दस्सिया भी उस टाइम सोशल मीडिया नहीं सीगा ते इस करके वो कोई ज़्यादा कोशिश नहीं कर सके। मैं पिंड दे विच थोड़ा लभ्या सी मैं मेरे दोस्त अपने सुचिंदर जी उन्हां दी हैल्प नाल वो फैमिली हुण रही रही है इत्थे। तो मतलब सारे तकरीबन कोई कितने ना कितने मूव हो गए जां एक्सपायर हो गए उन्हां दे घर दे मैंबर। तो इस करके पता नहीं कर सके कुछ भी सानू भी कुछ नहीं इहो जिहा मिलिया। एक खत है जिहड़ा जिहदे करके ये कहानी पता लगी है। इदां दीआं बहुत सारियां कहानियां जिहड़ियां पता ही नहीं लगियां ना किते शो ही नहीं होईयां। सो मैं पता ही नहीं कर सकिया साहबा मैं पिंड गया भी सीगा साहबे दे विच मैनू कोई इस तरह का मिलिया नहीं हैगा। बहुते लोग नहीं जानते क्योंकि जमाना काफ़ी चेंज हो गया अगे तो अगे नवीं जनरेशनस आ गई इदा इदा सब कुछ पुराना भुल रहा है। तो बहुत सारे लोग अजे भी इहो जिहियां स्टोरियां होणियां जिहड़ियां पता ही नहीं हैगियां सानू। सो यही छोटी जी एक स्टोरी सीगी ते काफ़ी इहो दर्द भरी है स्टोरी कि जिहड़ा बच्चा अपने पहला तो अपने माँ बाप का कतल हो गया दंगिया च फिर उन्हू जे माँ बाप उत्थे लै गए नाल उन्होंने मोह पै गया। तो बाद फिर उदे जे चाचे ताए वो पाकिस्तान तो आके उन्होंने को जबरदस्ती लग भी किसी छोटे बच्चे तो मन के उत्ते काफ़ी असर पैंदा इन्हों गलों का। वो तमाम उम्र ये भुल नहीं सकया
ਵੀ ਇਹਨਾਂ ਗੱਲਾਂਬਾਤਾਂ ਨੂੰ, ਪਰ ਹੁਣ ਪਤਾ ਨਹੀਂ ਉਹ ਜਿਹੜਾ ਜਿਹਨੇ ਖੱਤ ਲਿਖਿਆ ਹੈ ਉਹ ਹੈ ਦੁਨੀਆ 'ਚ ਮੌਜੂਦ ਹੈ ਜਾਂ ਨਹੀਂ ਮੌਜੂਦ, ਇਹ ਮੈਨੂੰ ਨਹੀਂ ਪਤਾ। ਮੈਂ ਇਹ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨੀ ਵੀਡੀਓ ਮੇਰੀ ਇਹ ਦੇਖੀ, ਅਤੇ ਅੱਗੇ ਸ਼ੇਅਰ ਸ਼ੁਰ ਕਰ ਦਿਆ ਕਰੋ ਵੀਡੀਓ, ਕਿਉਂਕਿ ਮੈਂ ਚਾਹੁੰਦਾ ਹਾਂ ਵੀ ਮੇਰੀ ਗੱਲ ਕਾਫੀ ਦੂਰ ਤੱਕ ਪਹੁੰਚੇ। ਸ਼ੇਅਰ ਜ਼ਰੂਰ ਕਰਿਆ ਕਰੋ। ਚਲੋ ਇਜਾਜ਼ਤ ਦਿਓ ਜੀ, ਅਗਲੀ ਵੀਡੀਓ 'ਚ ਮਿਲਦੇ ਹਾਂ ਜੀ। ਰੱਬ ਰਾਖਾ।